ਅੱਜ ਮੈਂ ਸਭ ਤੋਂ ਪਹਿਲਾਂ ਕੱਲ ਜਿਹੜੇ ਬੱਸ ਹਾਦਸੇ ਦੇ ਵਿੱਚ ਲੋਕ ਜਿਨ੍ਹਾਂ ਦੀ ਜਾਨ ਚਲੀ ਗਈ, ਅਣਹੋਣੀ ਹੋਈ, ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਜਲਦੀ ਉਹਨਾਂ ਨੂੰ ਦੇ ਪਰਿਵਾਰਾਂ ਨੂੰ ਮਿਲ ਕੇ ਵੀ ਆਵਾਂਗਾ। ਬਹੁਤ ਮਾੜੀ ਘਟਨਾ ਵਾਪਰੀ, ਪਰ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਹੈ ਉਹੀ ਹੁੰਦਾ, ਉਹਦੇ 'ਤੇ ਕਿਸੇ ਦਾ ਜ਼ੋਰ ਨਹੀਂ ਹੈ। ਪਰ ਨਾਲ ਹੀ ਨਾਲ ਮੈਂ ਇਹ ਬੇਨਤੀ ਕਰੂੰਗਾ ਸਭ ਨੂੰ, ਸਾਰੀਆਂ ਬੱਸ ਕੰਪਨੀਜ਼ ਨੂੰ, ਕਿ ਉਹ ਆਪਦੀ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖਣ। ਜੇ ਇੰਸ਼ੋਰੈਂਸ ਹੋਵੇ, ਯਾਨੀ ਕਿ ਬੀਮਾ ਹੋਵੇ, ਤਾਂ ਜਿਹੜੇ ਵਿਚਾਰੇ ਯਾਤਰੀ ਹੈ ਉਹਨਾਂ ਨੂੰ ਅੱਜ ਉਹਨਾਂ ਦੀ ਅਚਨਚੇਤ ਜਿਹੜੀ ਮੌਤ ਹੋ ਗਈ, ਉਹਨਾਂ ਨੂੰ ਕਿਤੇ ਨਾ ਕਿਤੇ ਹਰਜਾਨਾ ਜਾਂ ਕੋਰਟਸ ਜਿਹੜੀਆਂ ਉਹ ਬੀਮਾ ਕੰਪਨੀ ਨੂੰ 20-30 ਲੱਖ ਰੁਪਇਆ, 50-50 ਲੱਖ ਰੁਪਇਆ ਉਹਨਾਂ ਦੇ ਪਰਿਵਾਰ ਚਲਾਉਣ ਨੂੰ, ਕਿਉਂਕਿ ਜਿਹੜਾ ਜੀ ਚਲਾ ਗਿਆ ਉਹ ਮਿਲ ਜਾਂਦਾ। ਸੋ ਇਹ ਮੇਰੀ ਗੁਜ਼ਾਰਿਸ਼ ਹੈ ਔਰ ਡਿਪਾਰਟਮੈਂਟ ਨੂੰ ਵੀ ਗੁਜ਼ਾਰਿਸ਼ ਹੈ ਕਿ ਜ਼ਰੂਰ ਇਹਦੇ ਗੱਲ ਧਿਆਨ ਦੇਣ।